ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ, ਕਿਵੇਂ ਬੇੜੀਆਂ ਦੇ ਵਿੱਚ ਜਕੜੇ ਇੱਕ ਸਿੰਘ ਨੇ ਮੁਗਲਾਂ ਦੇ ਕਈ ਸਿਪਾਹੀ ਮਾਰ ਕੱਤੇ, ਜਿਸ ਨੂੰ ਦੇਖ ਕੇ ਫਾਰੁਖਸੀਅਰ ਦੀ ਬੇਗਮ ਜਿਹੜੀ ਸੀ ਉਹ ਬੇਹੋਸ਼ ਹੋ ਗਈ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਸਿੰਘਾਂ ਨੇ ਕੀ ਕਾਰਨਾਮੇ ਕੀਤੇ, ਅੱਜ ਦੀ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਣ ਜਾ ਰਹੇ ਹਾਂ। ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਥਾਪੜੇ ਨਾਲ ਖਰੜ, ਬਨੂੜ, ਸਮਾਣਾ, ਸਡੌਰਾ ਅਤੇ ਸਰਹੰਦ ਨੂੰ ਫਤਿਹ ਕਰਕੇ ਆਪਣੇ ਖਾਲਸਾ ਰਾਜ ਦੇ ਵੱਲ ਪਾਪੀਆਂ ਨੂੰ ਸਜ਼ਾ ਦੇ ਕੇ ਖਾਲਸਾ ਰਾਜ ਵਧਾ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਵਾਧੀ ਤਾਕਤ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਵੇਖਦੇ ਹੋਏ ਬਾਦਸ਼ਾਹ ਬਹਾਦਰ ਸ਼ਾਹ ਨੇ ਉਲ ਜਲੂਲ ਫੁਰਮਾਨ ਕੱਢਣੇ ਸ਼ੁਰੂ ਕੀਤੇ ਅਤੇ ਉਸ ਦੀ ਮੌਤ ਤੋਂ ਬਾਅਦ ਫਾਰੁਖਸੀਅਰ ਜਦੋਂ ਗੱਦੀ 'ਤੇ ਬੈਠਾ ਤਾਂ ਫਾਰੁਖਸੀਅਰ ਨੇ ਵੀ ਸਿੰਘਾਂ ਦੇ ਖਿਲਾਫ ਫੁਰਮਾਨ ਕੱਢਣੇ ਸ਼ੁਰੂ ਕਰ ਦਿੱਤੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਅੰਤਿਮ ਜੰਗ ਵੇਲੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਮੁਕਾਬਲਾ ਕੀਤਾ ਅਤੇ ਕਈ ਮਹੀਨੇ ਬਾਬਾ ਜੀ ਉੱਥੇ ਡਟੇ ਰਹੇ। ਕਿਲ੍ਹੇ ਦੇ ਵਿੱਚੋਂ ਰਾਸ਼ਨ ਖਤਮ ਹੋ ਚੁੱਕਾ ਸੀ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ। ਸਿੰਘ ਦਰਖਤਾਂ ਦੀਆਂ ਛਿੱਲਣਾਂ ਖਾ ਕੇ ਮੁਕਾ ਚੁੱਕੇ ਸਨ ਅਤੇ ਇੱਕ ਦੂਜੇ ਨੂੰ ਆਪਣੇ ਪੱਟ ਚੀਰ ਕੇ ਖਵਾ ਰਹੇ ਸਨ ਅਤੇ ਸਿੰਘਾਂ ਦੇ ਕੋਲ ਹਥਿਆਰ ਵੀ ਬਹੁਤ ਥੋੜ੍ਹੇ ਸਨ। ਸੋ ਸਿੰਘਾਂ ਨੇ ਗ੍ਰਿਫਤਾਰੀ ਦਾ ਫੈਸਲਾ ਕੀਤਾ ਅਤੇ ਗੜੀ ਦੇ ਦਰਵਾਜ਼ੇ ਖੋਲ੍ਹ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਅਤੇ ਉਹਨਾਂ ਦੇ ਸਮੇਤ 700 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਲੂਸ ਲਾਹੌਰ ਤੋਂ ਹੁੰਦਾ ਹੋਇਆ ਦਿੱਲੀ ਵੱਲ ਨੂੰ ਵਧਿਆ। ਦਿੱਲੀ ਦੇ ਰਸਤੇ ਵਿੱਚ ਜਿਹੜਾ ਵੀ ਸਿੰਘ ਕੋਈ ਮਿਲਦਾ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਤ 700 ਸਿੰਘਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ ਗਏ ਅਤੇ ਹਰ ਰੋਜ਼ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਮੁਗਲ ਸਿਪਾਹੀ ਸੋਚ ਰਹੇ ਸਨ ਅਤੇ ਬਾਦਸ਼ਾਹ ਫਾਰੁਖਸੀਅਰ ਵੀ ਸੋਚ ਰਿਹਾ ਸੀ ਕਿ ਸਿੰਘ ਕੁਝ ਦਿਨਾਂ ਵਿੱਚ ਹੀ ਗੋਡੇ ਟੇਕ ਦੇਣਗੇ। ਪਰ ਜਦੋਂ ਸਿੰਘਾਂ ਦੇ ਸ਼ਹੀਦ ਕਰਨ ਦੀ ਵਾਰੀ ਆਉਂਦੀ ਤਾਂ ਸਾਰੇ ਇੱਕ ਦੂਜੇ ਤੋਂ ਅੱਗੇ ਹੋ ਕੇ ਲਾਈਨ ਦੇ ਵਿੱਚ ਲੱਗਦੇ ਕਿ ਸਾਨੂੰ ਪਹਿਲਾਂ ਸ਼ਹੀਦ ਕਰੋ, ਸਾਨੂੰ ਪਹਿਲਾਂ ਸ਼ਹੀਦ ਕਰੋ। ਅਤੇ ਇਸੇ ਸਮੇਂ ਇੱਕ ਅਨੋਖੀ ਘਟਨਾ ਵਾਪਰੀ ਕਿ ਇੱਕ ਨੌਜਵਾਨ ਇਤਿਹਾਸਕਾਰ ਲਿਖਦੇ ਹਨ ਉਸਦਾ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ, ਉਸਨੂੰ ਵੀ ਫੜ ਲਿਆ ਗਿਆ ਸੀ ਅਤੇ ਜਦੋਂ ਉਸਦੀ ਮਾਤਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਬਾਦਸ਼ਾਹ ਫਾਰੁਖਸੀਅਰ ਤੱਕ ਪਹੁੰਚ ਕੀਤੀ ਅਤੇ ਉਸਨੇ ਆਖਿਆ ਕਿ ਮੇਰਾ ਪੁੱਤਰ ਸਿੱਖ ਨਹੀਂ ਹੈ, ਉਸਨੂੰ ਨਾ ਮਾਰਿਆ ਜਾਵੇ। ਜਦੋਂ ਪੁੱਤਰ ਨੂੰ ਸ਼ਹੀਦ ਕਰਨ ਲੱਗੇ, ਮਾਤਾ ਉਸੇ ਵੇਲੇ ਫੁਰਮਾਨ ਲੈ ਕੇ ਫਾਰੁਖਸੀਅਰ ਦਾ ਉੱਥੇ ਪਹੁੰਚੀ। ਫਾਰੁਖਸੀਅਰ ਨੇ ਉਸਨੂੰ ਛੱਡਣ ਦਾ ਐਲਾਨ ਕੀਤਾ ਪਰ ਉਸਨੂੰ ਮੰਨਣਾ ਪਵੇਗਾ ਕਿ ਉਹ ਸਿੱਖ ਨਹੀਂ ਹੈ। ਜਦੋਂ ਉਸਨੂੰ ਸ਼ਹੀਦ ਕਰਨ ਲੱਗੇ ਤਾਂ ਮਾਤਾ ਉਸੇ ਟਾਈਮ 'ਤੇ ਪਹੁੰਚੀ ਅਤੇ ਪੁੱਤਰ ਨੂੰ ਕਹਿਣ ਲੱਗੀ ਕਿ ਇਹ ਸਿੱਖ ਨਹੀਂ ਹੈ ਅਤੇ ਪੁੱਤਰ ਜੋ ਉੱਚੀ ਉੱਚੀ ਕਹਿਣ ਲੱਗਾ, ਮੈਨੂੰ ਸ਼ਹੀਦ ਕਰੋ, ਮੈਂ ਸਿੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੱਚਾ ਸਿੱਖ ਹਾਂ, ਮੈਨੂੰ ਜਲਦੀ ਸ਼ਹੀਦ ਕੀਤਾ ਜਾਵੇ, ਮੈਨੂੰ ਆਪਣੇ ਭਰਾਵਾਂ ਤੋਂ ਵੱਖ ਨਾ ਕੀਤਾ ਜਾਵੇ, ਇਹ ਝੂਠ ਬੋਲ ਰਹੀ ਹੈ। ਸੋ ਇਸ ਪ੍ਰਕਾਰ ਸਿੰਘਾਂ ਦੇ ਵਿੱਚ ਸ਼ਹੀਦੀ ਦਾ ਜਜ਼ਬਾ ਸੀ। ਅਤੇ ਇੱਕ ਹੋਰ ਘਟਨਾ ਉਸ ਸਮੇਂ ਦੀ ਹੈ, ਬਾਦਸ਼ਾਹ ਫਾਰੁਖਸੀਅਰ ਨੇ ਆਪਣੇ ਵਜ਼ੀਰ ਨੂੰ ਆਖਿਆ ਕਿ ਇਹਨਾਂ ਸਿੰਘਾਂ ਦੇ ਵਿੱਚ ਇੰਨੀ ਤਾਕਤ ਕਿੱਥੋਂ ਆਉਂਦੀ ਹੈ, ਇਹਨਾਂ ਸਿੱਖਾਂ ਦੇ ਵਿੱਚ ਕੀ ਕਰਾਮਾਤ ਹੈ। ਅਤੇ ਬਾਦਸ਼ਾਹ ਨੂੰ ਆਖਿਆ
ਵਜ਼ੀਰ ਨੇ ਕਿ ਕੱਲ੍ਹ ਤੁਹਾਨੂੰ ਕੈਦਖਾਨੇ ਵਿੱਚ ਜਾ ਕੇ ਦੱਸਾਂਗੇ। ਦੋਵੇਂ ਬਾਦਸ਼ਾਹ ਅਤੇ ਵਜ਼ੀਰ ਅਗਲੇ ਦਿਨ ਕੈਦਖਾਨੇ ਦੇ ਵਿੱਚ ਗਏ ਅਤੇ ਉੱਥੇ ਕੈਦਖਾਨੇ ਦੇ ਵਿੱਚ ਹਰ ਉਮਰ ਦੇ ਵਿਅਕਤੀ ਨੂੰ ਕੈਦ ਕੀਤਾ ਹੋਇਆ ਸੀ ਅਤੇ ਇਹਨਾਂ ਨੇ ਦੋ ਪ੍ਰਸ਼ਾਦੇ ਚੁੱਕ ਕੇ ਅਤੇ ਬਜ਼ੁਰਗ ਦੇ ਅੱਗੇ ਰੱਖੇ। ਬਜ਼ੁਰਗ ਨੇ ਉਹ ਪ੍ਰਸ਼ਾਦੇ ਚੁੱਕ ਕੇ ਇੱਕ ਬਾਲਕ ਦੇ ਅੱਗੇ ਰੱਖ ਦਿੱਤੇ, ਸਿੱਖ ਬਾਲਕ ਦੇ ਅੱਗੇ, ਅਤੇ ਸਿੱਖ ਬਾਲਕ ਨੂੰ ਕਹਿਣ ਲੱਗਾ ਕਿ ਪੁੱਤਰਾ ਤੂੰ ਕੌਮ ਦਾ ਭਵਿੱਖ ਹੈ, ਤੂੰ ਸ਼ਕਲ ਹੈ, ਤੂੰ ਜਿਉਂਦਾ ਰਹੇਗਾ। ਉਸ ਬਾਲਕ ਨੇ ਅੱਗੇ ਚੁੱਕ ਕੇ ਚੜ੍ਹਦੀ ਜਵਾਨੀ ਵਾਲੇ ਸਿੰਘ ਅੱਗੇ ਰੱਖ ਦਿੱਤੇ ਅਤੇ ਉਸਨੇ ਕਿਹਾ, ਵੀਰ ਜੀ ਤੁਹਾਡੀ ਕੌਮ ਨੂੰ ਬਹੁਤ ਲੋੜ ਹੈ, ਤੁਸੀਂ ਛਕ ਲਓ। ਫਿਰ ਉਸ ਚੜ੍ਹਦੀ ਜਵਾਨੀ ਵਾਲੇ ਸਿੰਘ ਨੇ ਚੁੱਕ ਕੇ ਭਾਰ ਜਵਾਨੀ ਵਾਲੇ ਸਿੰਘ ਨੂੰ ਫੜਾ ਦਿੱਤੇ ਪ੍ਰਸ਼ਾਦੇ ਕਿ ਤੁਸੀਂ ਕੌਮ ਲਈ ਵੱਧ ਜ਼ਰੂਰਤਮੰਦ ਹੋ, ਤੁਹਾਡੀ ਕੌਮ ਨੂੰ ਬਹੁਤ ਲੋੜ ਹੈ, ਤੁਸੀਂ ਛਕ ਲਓ। ਫਿਰ ਉਸ ਭਾਰ ਜਵਾਨੀ ਵਾਲੇ ਸਿੰਘ ਨੇ ਚੁੱਕ ਕੇ ਪ੍ਰਸ਼ਾਦੇ ਜਿਹੜੇ ਸਨ ਉਹ ਅੱਧ ਖੜ ਉਮਰ ਦੇ ਸਿੰਘ ਅੱਗੇ ਰੱਖ ਦਿੱਤੇ ਅਤੇ ਕਿਹਾ ਕਿ ਸਿੰਘ ਸਾਹਿਬ ਤੁਹਾਨੂੰ ਇਸ ਦੀ ਬਹੁਤ ਲੋੜ ਹੈ, ਤੁਸੀਂ ਕੌਮ ਦੇ ਲਈ ਕੁਝ ਕਰ ਗੁਜ਼ਰਨ ਵਾਲੇ ਹੋ, ਤੁਸੀਂ ਇਹ ਪ੍ਰਸ਼ਾਦੇ ਛਕ ਲਓ। ਅਤੇ ਉਸ ਸਿੰਘ ਨੇ ਅੱਗੋਂ ਚੁੱਕ ਕੇ ਫਿਰ ਬਜ਼ੁਰਗ ਦੇ ਅੱਗੇ ਰੱਖੇ ਅਤੇ ਕਿਹਾ, ਤੁਹਾਨੂੰ ਬੜੀ ਲੋੜ ਹੈ, ਤੁਸੀਂ ਸੂਝਵਾਨ ਅਤੇ ਸਿਆਣੇ ਹੋ, ਤੁਹਾਡੀ ਕੌਮ ਨੂੰ ਲੋੜ ਹੈ, ਤੁਸੀਂ ਇਹ ਪ੍ਰਸ਼ਾਦੇ ਛਕ ਲਓ। ਇਹ ਨਜ਼ਾਰਾ ਵੇਖ ਕੇ ਬਾਦਸ਼ਾਹ ਹੈਰਾਨ ਰਹਿ ਗਿਆ ਸੀ। ਅਤੇ ਇੱਕ ਹੋਰ ਘਟਨਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸੇ ਨੇ ਪੁੱਛਿਆ ਸੀ ਕਿ ਬਾਬਾ ਜੀ ਤੁਸੀਂ ਕੋਈ ਮਹਾਂਪੁਰਖ ਜਾਪਦੇ ਹੋ, ਪਰ ਤੁਹਾਨੂੰ ਇਹਨੇ ਤਸੀਹੇ ਕਿਉਂ ਝੱਲਣੇ ਪੈ ਰਹੇ ਨੇ, ਤੁਸੀਂ ਸੂਰਮੇ ਵੀ ਹੋ। ਅਤੇ ਬਾਬਾ ਜੀ ਨੇ ਉੱਤਰ ਦਿੱਤਾ ਸੀ ਕਿ ਉਸ ਅਕਾਲ ਪੁਰਖ ਨੇ ਧਰਤੀ ਤੋਂ ਜ਼ੁਲਮ ਨੂੰ ਮਿਟਾਉਣ ਦੇ ਲਈ ਸਾਡੇ ਵਰਗੇ ਬੰਦਿਆਂ ਨੂੰ ਭੇਜਿਆ, ਅਸੀਂ ਜ਼ਾਲਮ ਬੰਦਿਆਂ ਨੂੰ ਸਜ਼ਾ ਦਿੰਦੇ ਹਾਂ, ਪਰ ਹੈ ਤਾਂ ਅਸੀਂ ਵੀ ਮਨੁੱਖ ਅਤੇ ਸਾਡੇ ਕੋਲੋਂ ਵੱਧ ਘੱਟ ਸਜ਼ਾ ਦਿੱਤੀ ਜਾਂਦੀ ਹੈ, ਅਤੇ ਇਸ ਕਾਰਨ ਇਸ ਦਾ ਹਿਸਾਬ ਕਿਤਾਬ ਪੂਰਾ ਕਰਨ ਦੇ ਲਈ ਪਰਮਾਤਮਾ ਨੇ ਫਾਰੂਖਸੀਅਰ ਵਰਗੇ ਬੰਦਿਆਂ ਨੂੰ ਭੇਜਿਆ ਹੈ, ਜੋ ਸਾਡਾ ਇੱਥੇ ਹੀ ਖਾਤਾ ਨਿਬੇੜ ਦੇਵੇਗਾ ਤਾਂ ਜੋ ਅੱਗੇ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਸਾਨੂੰ ਕੋਈ ਮੁਸ਼ਕਲ ਨਾ ਆਵੇ। ਇਹ ਸੁਣ ਕੇ ਉਹ ਮੁਸਲਮਾਨ ਵਿਅਕਤੀ ਜਿਹੜਾ ਸੀ ਉਹ ਹੈਰਾਨ ਰਹਿ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਜਮੂਰਾਂ ਨਾਲ ਮਾਸ ਨੋਚਿਆ ਗਿਆ, ਨਾਲ ਕਈ ਸਿੰਘਾਂ ਨੂੰ ਵੀ ਸ਼ਹੀਦ ਕੀਤਾ ਗਿਆ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੇ ਸਿੰਘ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸ਼ਾਇਦ ਡੋਲ ਜਾਵੇ। ਇਹਨੇ ਤਸੀਹੇ ਦੇਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਵੀ ਕੱਢੀਆਂ ਗਈਆਂ ਅਤੇ ਜਦੋਂ ਕੋਈ ਹੀਲਾ ਨਾ ਵਰਤਿਆ ਤਾਂ ਉਹਨਾਂ ਦਾ ਪਹਿਲਾਂ ਇੱਕ ਬਾਜ਼ੂ ਕੱਟਿਆ ਗਿਆ, ਫਿਰ ਦੂਜਾ ਬਾਜ਼ੂ, ਅਤੇ ਫਿਰ ਅੰਤ ਨੂੰ ਸੀਸ ਤਾੜ ਨਾਲੋਂ ਵੱਖ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਉਸ ਘਟਨਾ ਵੱਲ ਵੱਧਦੇ ਹਾਂ ਕਿ ਕਿਵੇਂ ਇੱਕ ਸਿੰਘ ਨੇ ਬੇੜੀਆਂ ਵਿੱਚ ਜਕੜਿਆ ਹੋਇਆ ਹੀ ਕਈ ਮੁਗਲ ਸਿਪਾਹੀ ਮਾਰ ਦਿੱਤੇ। ਬਾਬਾ ਬਾਲ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਬੜੇ ਚੰਗੇ ਸਾਥੀ ਸਨ ਅਤੇ ਬੜੇ ਤਕੜੇ ਸੂਰਮੇ ਸਨ, ਵੱਡੇ ਵੱਡੇ ਜਰਨੈਲ ਉਹਨਾਂ ਦੇ ਨਾਂ ਤੋਂ ਕੰਬਦੇ ਸਨ ਅਤੇ ਬਾਦਸ਼ਾਹ ਫਾਰੂਖਸੀਅਰ ਤੱਕ ਵੀ ਇਹ ਖਬਰਾਂ ਸੀ। ਅਤੇ ਬਾਦਸ਼ਾਹ ਫਾਰੂਖਸੀਅਰ ਨੇ ਕਿਹਾ ਕਿ ਉਸ ਦੀ ਬੇਗਮ ਨੇ ਕਿਹਾ ਬਾਦਸ਼ਾਹ ਨੂੰ ਕਿ ਮੈਂ ਸਿੰਘਾਂ ਦੇ ਕਾਰਨਾਮੇ ਕਰਤੱਵ ਵੇਖਣਾ ਚਾਹੁੰਦੀ ਹਾਂ। ਫਾਰੂਖਸੀਅਰ ਨੇ ਆਖਿਆ ਕਿ ਤੁਹਾਡੇ ਵਿੱਚੋਂ ਬਾਜ ਸਿੰਘ ਕੌਣ ਹੈ? ਅਤੇ ਬਾਬਾ ਬਾਜ ਸਿੰਘ ਜੀ ਅੱਗੇ ਆਏ, ਕਹਿਣ ਲੱਗੇ ਮੈਂ ਹਾਂ ਗੁਰੂ ਦਾ ਬਾਜ। ਕਹਿੰਦੇ ਹੁਣ ਤੇਰੇ ਬਾਦਸ਼ਾਹ ਫਾਰੂਖਸੀਅਰ ਨੇ ਆਖਿਆ ਹੁਣ ਤੇਰੇ ਕਰਤੱਵ ਕਿੱਥੇ ਨੇ? ਅਤੇ ਬਾਬਾ ਬਾਜ ਸਿੰਘ ਨੇ ਆਖਿਆ ਇੱਕ ਵਾਰੀ ਬੇੜੀਆਂ ਖੋਲ੍ਹ ਕੇ ਵੇਖੋ, ਫਿਰ ਤੁਹਾਨੂੰ ਅਸੀਂ ਕਰਤੱਵ ਵਿਖਾਉਂਦੇ ਹਾਂ। ਅਜੇ ਮੁਗਲ ਸਿਪਾਹੀਆਂ ਨੇ ਪੈਰਾਂ ਦੀਆਂ ਬੇੜੀਆਂ ਖੋਲ੍ਹੀਆਂ ਸਨ,
ਹੱਥਾਂ ਦੀਆਂ ਨਹੀਂ ਸਨ ਖੋਲੀਆਂ ਕਿ ਬਾਬਾ ਬਾਲ ਸਿੰਘ ਜੀ ਨੇ ਆਪਣੇ ਜ਼ੋਰ ਦੇ ਨਾਲ ਹੀ 3-4 ਸਿਪਾਹੀ ਜਿਹੜੇ ਉੱਥੇ ਮਾਰ ਕੱਤੇ ਅਤੇ ਅੰਤ ਨੂੰ ਜਦੋਂ ਇਹ ਨਜ਼ਾਰਾ ਵੇਖਿਆ ਤਾਂ ਬਾਦਸ਼ਾਹ ਫਾਰੂਕ ਸੀਰ ਦੀ ਬੇਗਮ ਬੇਹੋਸ਼ ਹੋ ਕੇ ਡਿੱਗ ਪਈ ਅਤੇ ਜਦੋਂ ਬਾਬਾ ਬਾਲ ਸਿੰਘ ਜੀ ਫਿਰ ਬਾਦਸ਼ਾਹ ਵੱਲ ਵਧੇ ਦੇ ਸੀਨੇ ਦੇ ਵਿੱਚ ਲੱਤ ਮਾਰੀ ਫਾਰੂਕ ਸੀਰ ਦੇ ਅਤੇ ਘੱਟੋ ਘੱਟ 50 ਸਿਪਾਹੀਆਂ ਨੇ ਮਿਲ ਕੇ ਫਿਰ ਬਾਬਾ ਬਾਲ ਸਿੰਘ ਜੀ ਨੂੰ ਪਕੜਿਆ ਸੀ, ਉਹਨਾਂ ਉੱਤੇ ਕਾਬੂ ਪਾਇਆ ਸੀ ਅਤੇ ਅੰਤ ਨੂੰ ਬਾਦਸ਼ਾਹ ਨੂੰ ਵੀ ਮੰਨਣਾ ਪਿਆ ਕਿ ਇਹਨਾਂ ਸਿੰਘਾਂ ਦੇ ਵਿੱਚ ਕੋਈ ਵੱਖਰੀ ਹੀ ਕਰਾਮਾਤ ਹੈ। ਸੋ ਇਸ ਪ੍ਰਕਾਰ ਸਿੰਘਾਂ ਨੇ ਆਪਣੀ ਸ਼ਹੀਦੀ ਵੇਲੇ ਵੀ ਕਈ ਇਹੋ ਜਿਹੇ ਕਾਰਨਾਮੇ ਕੀਤੇ ਜਿਹੜੇ ਅੱਜ ਸਾਨੂੰ ਚੇਤਾ ਰੱਖਣੇ ਚਾਹੀਦੇ ਨੇ। ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।